ਹੁਣ ਆਪਾਂ ਪੰਜਵੀਂ ਟੋਲੀ ਦੇ ਅੱਖਰਾਂ ਨੂੰ ਵੇਖਾਂਗੇ। ਪੰਜਵੀਂ ਟੋਲੀ ਵਿੱਚ ਵੀ ਤਿੰਨ ਜੋੜੇ ਹਨ, ਐਨ ਗੈਨ ਫੇ ਕਾਫ, ਕਾਫ ਤੇ ਗਾਫ। ਇਹਨਾਂ ਦੇ ਗੁਰਮੁਖੀ ਦੇ ਬਰਾਬਰੀ ਦੇ ਅੱਖਰ ਹਨ, ਐਨ ਦਾ ਐੜਾ, ਗੈਨ ਦਾ ਗਗੇ ਪੈਰੀ ਬਿੰਦੀ ਗ, ਫੇ ਦਾ ਫੱਫੇ ਪੈਰੀ ਬਿੰਦੀ ਫ, ਗਾਫ ਦਾ ਕੱਕਾ ਤੇ ਕਾਫ ਦਾ ਕੱਕਾ, ਗਾਫ ਦਾ ਗੱਗਾ। ਹੁਣ ਇਹ ਖਾਫ ਤੇ ਕਾਫ ਵਿੱਚ ਮਾਮੂਲੀ ਜਿਹਾ ਫਰਕ ਹੈ, ਇਹ ਕਿਊ ਦੀ ਆਵਾਜ਼ ਕੱਢਦਾ ਹੈ, ਖ ਸੋਫਟ ਨਰਮ ਜਿਹਾ ਕ, ਤੇ ਇਹ ਜਿਹੜਾ ਹਾਰਡ ਕ ਆਵਾਜ਼ ਕੱਢਦਾ ਹੈ, ਤੇ ਇਹ ਜਿਹੜਾ ਸਾਡਾ ਕੱਕਾ ਕੱਕੇ ਦੀ ਬਰਾਬਰੀ ਕਰਦਾ ਹੈ। ਇਹ ਕੱਕੇ ਪੈਰੀ ਬਿੰਦੀ ਵੀ ਲਿਖ ਦਿੰਦੇ ਅੱਜ ਕੱਲ੍ਹ ਕਈ। ਸੋ ਇਹ ਕਿਊ ਸਾਊਂਡ ਹੈ ਔਰ ਇਹ ਕੇ ਸਾਊਂਡ ਹੈ, ਤੇ ਇਹ ਗਾਫ ਤੇ ਗੱਗਾ ਗੱਗੇ ਦੀ ਬਰਾਬਰੀ ਕਰਦਾ ਹੈ। ਸੋ ਐਨ ਹੈਨ ਫੇ ਖਾਫ ਕਾਫ ਤੇ ਗਾਫ। ਨਾ ਇਹਨਾਂ ਇਹਨਾਂ ਨੂੰ ਲਿਖਣ ਦਾ ਤਰੀਕਾ, ਐਨ ਔਰ ਗੈਨ ਦਾ ਜੋੜਾ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਐਨ ਇਸ ਤਰ੍ਹਾਂ ਤੇ ਗੈਨ ਵਿੱਚ ਉੱਪਰ ਇੱਕ ਨੁਕਤਾ ਆ ਜਾਂਦਾ ਹੈ। ਫੇ ਔਰ ਖਾਫ ਥੋੜ੍ਹਾ ਜਿਹਾ ਫਰਕ ਹੈ, ਇੱਕ ਜ਼ਿਆਦਾ ਗੁਲਾਈ ਵਿੱਚ ਹੈ ਇੱਕ ਨਹੀਂ ਹੈ। ਫੇ ਵਿੱਚ ਉੱਪਰ ਇੱਕ ਨੁਕਤਾ ਹੈ ਔਰ ਖਾਫ ਵਿੱਚ ਉੱਪਰ ਦੋ ਨੁਕਤੇ ਹਨ। ਸੋ ਫੇ ਲਿਖਣ ਦਾ ਤਰੀਕਾ ਹੈ, ਉੱਪਰ ਇੱਕ ਨੁਕਤਾ ਤੇ ਖਾਫ ਉੱਪਰ ਦੋ ਨੁਕਤੇ, ਤੇ ਕਾਫ ਤੇ ਗਾਫ ਇੱਕੋ ਜਿਹੇ ਲਿਖੇ ਜਾਂਦੇ ਹਨ। ਕਾਫ ਵਿੱਚ ਇਹ ਕਾਫ ਹੈ ਤੇ ਗਾਫ ਵਿੱਚ ਉੱਪਰ ਉਹ ਇੱਕ ਲੀਕ ਆ ਜਾਂਦੀ ਹੈ। ਸੋ ਇਹ ਪੰਜਵੀਂ ਟੋਲੀ ਵਿੱਚ ਆਪਾਂ ਤਿੰਨ ਜੋੜੇ ਹੋਰ ਵੇਖੇ ਹਨ, ਐਨ ਐਨ ਫੇ ਖਾਫ ਕਾਫ ਤੇ ਗਾਫ।